ਕਹਿੰਦੇ ਨੇ ਜਦੋਂ ਕੋਈ ਸਮਾਜ ਸੇਵਾ ਦਾ ਕੰਮ ਕਰਨਾ ਹੋਵੇ ਉਸ ਕੰਮ ਦੇ ਲਈ ਪੈਸੇ ਦੇ ਨਾਲ ਨਾਲ ਉਹ ਨੇਕ ਕੰਮ ਕਰਨ ਵਾਲੇ ਦਾ ਦਿਲ ਵੀ ਵੱਡਾ ਹੋਣਾ ਚਾਹੀਦਾ ਹੈ। ਕੁਝ ਅਜਿਹਾ ਹੀ ਦਿਲ ਹੈ ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਪਿੰਡ ਬੁਰਕ ਵਿੱਚ ਰਹਿਣ ਵਾਲੇ ਪਿੰਦੂ ਜੋਹਲ ਦਾ, ਜੋ ਕਿ ਸਿਰਫ ਜਲੰਧਰ ਜ਼ਿਲ੍ਹੇ ਦੇ ਵਿੱਚ ਹੀ ਆਪਣੇ ਸਮਾਜ ਸੇਵਾ ਦੇ ਕੰਮ ਦੇ ਲਈ ਹੀ ਨਹੀਂ ਬਲਕਿ ਪੂਰੇ ਪੰਜਾਬ ਦੇ ਵਿੱਚ ਆਪਣੇ ਸਮਾਜ ਸੇਵਾ ਦੇ ਕੰਮ ਦੇ ਲਈ ਤੁੰਮਾ ਪਾ ਰਹੇ ਨੇ। ਫਿਰ ਚਾਹੇ ਉਹ ਸਮਾਜ ਸੇਵਾ ਦਾ ਕੰਮ ਗਰੀਬ ਕੁੜੀਆਂ ਦੇ ਵਿਆਹ ਦਾ ਹੋਵੇ, ਚਾਹੇ ਨਵ ਜਨਮੀਆਂ ਕੁੜੀਆਂ ਦੀ ਲੋਹੜੀਆਂ ਮਨਾਉਣ ਦਾ ਹੋਵੇ, ਪਿੰਦੂ ਅਤੇ ਉਸਦੇ ਸਾਥੀਆਂ ਦੇ ਵੱਲੋਂ ਬਣਾਈ ਗਈ ਸੰਸਥਾ ਵਰਲਡ ਵਾਈਡ ਸਕੋਪ ਵੈਲਫੇਅਰ ਸੁਸਾਇਟੀ UK ਦੇ ਕਿਸੇ ਵੀ ਮੈਂਬਰ ਵੱਲੋਂ ਪੈਰ ਪਿੱਛੇ ਨਹੀਂ ਖਿੱਚਿਆ ਜਾਂਦਾ। ਅੱਜ ਵੀ ਜਲੰਧਰ ਦੇ ਪਿੰਡ ਘੁੜਕਾ ਦੇ ਵਿੱਚ ਵਰਲਡ ਵਾਈਡ ਸਕੋਪ ਵੈਲਫੇਅਰ ਸੁਸਾਇਟੀ UK ਦੇ ਸਰਪ੍ਰਸਤ ਪਿੰਦੂ ਜੋਹਲ ਅਤੇ ਸਤਨਾਮ ਸਿੰਘ ਬਾੜਾ ਵੱਲੋਂ ਬ੍ਰਹਮ ਗਿਆਨੀ 108 ਸੰਤ ਬਾਬਾ ਮੋਨੀ ਮਹਾਰਾਜ ਦੇ ਆਸ਼ੀਰਵਾਦ ਸਦਕਾ 5 ਜਨਵਰੀ ਤੋਂ 11 ਜਨਵਰੀ ਤੱਕ ਵੱਖ ਵੱਖ ਤਰ੍ਹਾਂ ਦੇ ਸਮਾਜ ਭਲਾਈ ਦੇ ਪ੍ਰੋਜੈਕਟ ਕਰਵਾਏ ਗਏ। ਇਹਨਾਂ ਸਮਾਜ ਭਲਾਈ ਦੇ ਪ੍ਰੋਜੈਕਟਾਂ ਦੇ ਆਖਰੀ ਦਿਨ ਜੋਹਲ ਫਾਰਮ ਪਿੰਡ ਘੁੜਕਾ ਵਿਖੇ 51 ਨਵ ਜਨਮੀਆਂ ਬੱਚਿਆਂ ਦੀ ਲੋਹੜੀ ਪਾਉਣ ਸੰਬੰਧੀ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਵਿਸ਼ੇਸ਼ ਤੌਰ ਤੇ ਬੱਚਿਆਂ ਨੂੰ ਆਸ਼ੀਰਵਾਦ ਦੇਣ ਦੇ ਲਈ ਕਈ ਨਾਮਚੀਨ ਲੋਕ ਉੱਥੇ ਪਹੁੰਚੇ। ਪ੍ਰਸਿੱਧ ਪੰਜਾਬੀ ਕਲਾਕਾਰ ਕਮਲਜੀਤ ਤੋਂ ਇਲਾਵਾ ਹੋਰਨਾਂ ਕਲਾਕਾਰਾਂ ਨੇ ਵੀ ਆਪਣੋ ਆਪ ਇੱਥੇ ਪ੍ਰੋਗਰਾਮ ਪੇਸ਼ ਕੀਤਾ। ਇਸ ਮੌਕੇ ਤੇ ਪ੍ਰਸਿੱਧ ਪੰਜਾਬੀ ਗਾਇਕ ਕਮਲ ਹੀਰ ਅਤੇ ਫਿਰੋਜ਼ ਖਾਨ ਨੇ ਕਿਹਾ ਕਿ ਵਰਲਡ ਵਾਈਡ ਸਕੋਪ ਵੈਲਫੇਅਰ ਵੱਲੋਂ ਇੱਕ ਅਨੋਖੀ ਮਿਸਾਲ ਪੇਸ਼ ਕੀਤੀ ਜਾ ਰਹੀ ਹੈ, ਜਿਹੜੀ ਕਿ ਹਰ ਸਾਲ ਨਵਜਨਮੀਆਂ ਬੱਚਿਆਂ ਦੀ ਲੋਹੜੀਆਂ ਪਾਈਆਂ ਜਾਂਦੀਆਂ ਨੇ। ਉਹਨਾਂ ਨੇ ਕਿਹਾ ਕਿ ਸਮਾਜ ਸੇਵੀ ਪਿੰਦੂ ਜੋਹਲ ਵੱਲੋਂ ਜੋ ਇਸ ਸੰਸਥਾ ਦੇ ਜ਼ਰੀਏ ਸਮਾਜ ਭਲਾਈ ਦੇ ਕੰਮ ਕੀਤੇ ਜਾ ਰਹੇ ਹਨ, ਉਹ ਸਾਡੇ ਸਾਰੇ ਦੇ ਲਈ ਪ੍ਰੇਰਣਾ ਦਾ ਸਰੋਤ ਹਨ। ਜੋਹਲ ਫਾਰਮ ਆਏ ਹਾਂ, ਘੋੜਕਾ ਪਿੰਡ ਹੈ ਅਤੇ ਧੀਆਂ ਦੇ ਤਿਉਹਾਰ ਮਨਾਉਂਦੇ, ਲੋਹੜੀ ਪਾਉਂਦੇ ਹੈ ਅਤੇ ਪੁੱਤਰ ਹੀ ਤਾਂ ਹਰ ਕੋਈ ਪਾਉਂਦਾ ਹੈ। ਇੱਥੇ ਲੋਹੜੀ ਤਿਉਹਾਰ ਮਨਾਉਂਦੇ ਆ, ਕੁੜੀਆਂ ਦਾ ਲੋਹੜੀ ਹਰੇਕ ਸਾਲ ਮਨਾਉਂਦੇ ਆ। ਇੱਥੇ ਬਹੁਤ ਵਧੀਆ ਹੁੰਦਾ, ਸਾਰਾ ਪ੍ਰੋਗਰਾਮ ਬਹੁਤ ਵਧੀਆ ਕਰਦੇ ਆ ਇੱਥੇ। ਨਹੀਂ, ਅਸੀਂ ਸੈਕਿੰਡ ਟਾਈਮ ਆਏ ਹਾਂ, ਅਸੀਂ ਸੈਕਿੰਡ ਟਾਈਮ ਬਹੁਤ ਵਧੀਆ ਹਰੇਕ ਸਾਲ ਆਉਂਦੇ ਮਨਾਉਂਦੇ ਇੱਦਾਂ, ਵੈਸੇ ਅਸੀਂ ਸੈਕਿੰਡ ਟਾਈਮ ਆਏ ਹਾਂ ਇੱਥੇ। ਬਹੁਤ ਵਧੀਆ ਕਰਦੇ ਪ੍ਰੋਗਰਾਮ, ਸਾਰਾ ਬਹੁਤ ਵਧੀਆ ਹੁੰਦਾ। ਬਹੁਤ ਵਧੀਆ ਹੁੰਦਾ, ਖਾਣ ਪੀਣ ਨੂੰ ਵੀ ਸਾਰਾ ਅਰੇਂਜਮੈਂਟ ਵਧੀਆ ਆ, ਸਾਰਾ ਕੁਛ ਬੱਚੇ ਇੰਜੋਏ ਵੀ ਕਰਦੇ ਆ, ਸਾਰੇ ਫੈਮਿਲੀ ਵੀ ਆਉਂਦੇ ਆ, ਬਹੁਤ ਵਧੀਆ ਹੁੰਦਾ ਸਾਰਾ ਕੁਛ। ਹਾਂਜੀ ਹਾਂਜੀ, ਸਾਰਾ ਕੁਛ ਵਧੀਆ ਹੁੰਦਾ ਇਹਨਾਂ ਦਾ, ਬਹੁਤ ਵਧੀਆ ਕਰਦੇ ਆ। ਤੁਸੀਂ ਸੋਚੋ ਮੇਰਾ ਵਿਚਾਰ ਕੀ ਆ, ਮੈਂ ਨਹੀਂ ਤਾਂ ਇੱਥੇ ਆਉਣਾ ਨਹੀਂ ਸੀ ਜੇ ਮੇਰਾ ਚੰਗਾ ਵਿਚਾਰ ਨਾ ਹੋਵੇ ਉਹਦੇ ਬਾਰੇ। ਵਰਲਡ ਵਾਈਡ ਸਕੋਪ ਵੈਲਫੇਅਰ ਸੁਸਾਇਟੀ ਵੱਲੋਂ ਇਹ ਇੱਕ ਪਿਰਤ ਪੈ ਗਈ ਆ, ਨਵਜੰਮੀਆਂ ਬੱਚੀਆਂ ਦੀ ਲੋਹੜੀ ਹਰ ਇੱਕ ਸਾਲ ਮਨਾਈ ਜਾਂਦੀ ਆ, ਉਹ ਇਸ ਕਰਕੇ ਕਿ ਸਮਾਜ ਦੇ ਵਿੱਚ ਔਰਤਾਂ ਦੀ ਬਰਾਬਰਤਾ ਦੇ ਲਈ, ਔਰ ਸਾਰਾ ਜਹਾਨ ਸਾਰੀ ਦੁਨੀਆ ਇਸ ਮਰਹਲੇ 'ਚੋਂ ਲੰਘ ਰਹੀ ਆ ਕਿ ਔਰਤਾਂ ਨੂੰ ਬਰਾਬਰ ਅਧਿਕਾਰ ਮਿਲਣ, ਉਹਦਾ ਕਿਸੇ ਨਾ ਕਿਸੇ ਪਾਸਿਓਂ ਸ਼ੋਸ਼ਣ ਹੋਣ ਲੱਗ ਪੈਂਦਾ ਹਰ ਇੱਕ ਮੁਲਕ ਦੇ ਵਿੱਚ। ਇੱਕ ਮੁਲਕ ਦੀ ਗੱਲ ਨਹੀਂ, ਸਾਡੇ ਇੱਕ ਸੂਬੇ ਦੀ ਗੱਲ ਨਹੀਂ, ਇੱਕ ਕੰਟਰੀ ਦੀ ਗੱਲ ਨਹੀਂ ਮੈਂ ਕਰ ਰਿਹਾ, ਮੈਂ ਸਾਰੀ ਦੁਨੀਆ ਦੀ ਗੱਲ ਕਰ ਰਿਹਾ। ਇਸ ਧਰਤ ਕੋਈ ਨਾਰਨਾ ਐਸੀ ਜੋ ਨਾ ਹੱਕ ਵਿੱਚ ਛੁੰਨੀ ਹੋਵੇ, ਸਿੱਖੇ ਵਾਂਗ ਕਬਾਬਾਂ ਲਾ ਕੇ ਜੋ ਨਾ ਮਰਦਾਂ ਭੁੰਨੀ ਹੋਵੇ, ਸ਼ਿਵ ਕੁਮਾਰ ਬਟਾਲਵੀ ਹੋਰਾਂ ਦੀਆਂ ਲਾਈਨਾਂ। ਅਤੇ ਇਹ ਜਿਹੜੀ ਸੁਸਾਇਟੀ ਆ, ਇਹ ਔਰਤ ਦੀ ਬਰਾਬਰਤਾ ਦੀ ਗੱਲ ਤਾਂ ਕਰਦੀ ਆ, ਪਰ ਹੋਰ ਵੀ ਸਮਾਜ ਸੇਵੀ ਕੰਮਾਂ ਦੇ ਵਿੱਚ ਵੱਧ ਚੜ੍ਹ ਕੇ, ਚਾਹੇ ਉਹ ਖੂਨਦਾਨ ਕੈਂਪ ਹੁੰਦੇ ਆ, ਚਾਹੇ ਅੱਖਾਂ ਦੇ ਕੈਂਪ ਆ, ਚਾਹੇ ਹੋਰ ਇਸ ਤਰ੍ਹਾਂ ਦੀਆਂ ਸਮਾਜ ਸੇਵੀ ਐਕਟੀਵਿਟੀਆਂ ਨੇ, ਗਤੀਵਿਧੀਆਂ ਦੇ ਵਿੱਚ ਇਹ ਸੰਸਥਾ ਹਿੱਸਾ ਲੈਂਦੀ ਰਹਿੰਦੀ ਹੈ। ਅਤੇ ਇੰਗਲੈਂਡ ਤੋਂ ਸਾਡੇ ਭਰਾ ਪਿੰਦੂ ਜੋਹਲ, ਸਤਨਾਮ ਬਾੜਾ ਹੋਰੀ, ਅਮਰੀਕ ਸੈਣੀ ਉਹਨਾਂ ਦੇ ਨਾਲ, ਔਰ ਅਸੀਂ ਵੀ ਤਿੰਨੋਂ ਭਰਾ ਇਸ ਗੱਲ 'ਚ ਮਾਣ ਮਹਿਸੂਸ ਕਰਦੇ ਹਾਂ ਕਿ ਅਸੀਂ ਇਸ ਸੰਸਥਾ ਦਾ ਹਿੱਸਾ ਹਾਂ। ਸੋ ਬਹੁਤ ਵਾਰ ਤੁਹਾਡਾ ਧੰਨਵਾਦ ਮੀਡੀਏ ਦਾ ਵੀ, ਸਾਰੇ ਦਾ, ਕਿ ਤੁਸੀਂ ਇਸ ਚੀਜ਼ ਨੂੰ, ਇੰਨੀ ਪਿਆਰੀ ਗਤੀਵਿਧੀ ਨੂੰ ਤੁਸੀਂ ਕਵਰ ਕਰ ਰਹੇ ਹਾਂ। ਇਸ ਸਾਰੂ ਜਿਹੜਾ ਉੱਦਮ ਹੈ ਭਾਜੀ ਦਾ, ਇਹਦੇ ਲਈ ਬਾਕੀ ਪੰਜਾਬੀਆਂ ਨੂੰ ਤੁਸੀਂ ਕੀ ਅਪੀਲ ਕਰਦੇ ਹੋ? ਇਹ ਜਿਹਦੇ ਜਿਹਦੇ ਮਨ 'ਚ ਜੋਤ ਜਗਣੀ ਆ, ਆਪੇ ਜਗਣੀ ਆ, ਜਗਾਈ ਨਹੀਂ ਜਾ ਸਕਦੀ ਇਹ ਜੋਤ, ਇਹ ਆਪੇ ਜਗੇਗੀ ਹੌਲੀ ਹੌਲੀ, ਔਰ ਜਗ ਰਹੀ ਆ ਸਮਾਜ 'ਚ। ਦੇਖੋ ਜੀ, ਮੈਂ ਬਹੁਤ ਵਧਾਈ ਦਿੰਦਾ ਵਾਰਿਸ ਭਰਾਵਾਂ ਨੂੰ ਜਿਨ੍ਹਾਂ ਨੇ ਇੱਕ ਬਹੁਤ ਵੱਡਾ ਉਪਰਾਲਾ ਕੀਤਾ। ਚਲੋ ਪਿਛਲੇ 25 ਸਾਲ ਤੋਂ ਜ਼ਿਆਦਾ ਅਰਸੇ ਤੋਂ ਸਾਡੇ ਸੱਭਿਆਚਾਰ ਸੇਵਾ ਤਾਂ ਕਰ ਹੀ ਰਹੇ ਆ,
पंजाबी मां बोली सेवा कर रहे हैं उहदे नाल जिहड़ी इह 5100 धीआं दी जिहड़ी लोहड़ी मनाई जा रही है एक बहुत वड्डा मैसेज जिहड़ा समाज नूं दित्ता गया। मैं इस स्टेज तों भी जिहड़ा जिक्र कीता क्योंकि अज भी कई जगह पक्षपात पुत्तां ते धीआं दे विच कीता जांदा है। पुत्त होए तो लोहड़ियां मनाई जांदियां, शगन भी मनाए जांदे आ, पर धीआं दा हजे भी कह लो भी साडे समाज दीआं करीतियां ने जिहड़ा हजे तक भी जिहड़ा कई लोक उह जिहड़ा दर्जा नहीं दे सके। मैं स्टेज तों भी जिक्र कीता कि धीआं उह ने जिहड़ियां दुख वंडाउंदियां ने